ਕੁਝ ਐਸੀ ਸੀ ਜਿਹੜੀ ਤੇਰੀ ਮੰਮੀ ਦੀ ਬਿਲਕੁਲ ਪਸੰਦ ਨਹੀਂ ਆਈ ਮੰਮਾ ਆਹ ਕਮੈਡੀ ਠੀਕ ਮੰਮਾ ਦਾ ਕੀ ਆ ਜਦੋਂ ਮੰਮਾ ਖਿੱਚਦੇ ਆ ਉਦੋਂ ਬਸ ਜਦੋਂ ਤੈਨੂੰ ਬੋਲਦੇ ਹੈ ਨਾ ਜਦ ਮਰ ਲੈਣੀ ਪੜ ਲਾ ਕੋਈ ਨਹੀਂ ਪੜਨ ਨੂੰ ਨਹੀਂ ਬੋਲਦੇ ਪੜ ਤਾਂ ਮੈਂ ਖੁਦ ਹੀ ਲੈਣੀ ਆ ਹਾਂ ਬਸ ਕਿਹੜੀ ਚੀਜ਼ ਤੈਨੂੰ ਮੰਮਾ ਦੀ ਪਸੰਦ ਨਹੀਂ ਜਿਹੜੀ ਤੈਨੂੰ ਮੰਮਾ ਦੀ ਚੰਗੀ ਲੱਗਦੀ ਮੰਮੀ ਚੰਗੀ ਲੱਗਦੀ ਦੱਸੋ ਮੰਮਾ ਨੂੰ ਜਿਹੜੀ ਸਾਡੇ ਵਿੱਚ ਨਹੀਂ ਚੰਗੀ ਲੱਗਦੀ ਜਿਹੜੀ ਤੁਹਾਨੂੰ ਆਪਣੇ ਮੰਮਾ ਚੰਗੀ ਨਹੀਂ ਲੱਗਦੀ ਮੰਮੀ ਉਦਾਂ ਦਾ ਮੰਮੀ ਕੀ ਬਾਤ ਹੈ ਮੰਮੀ ਤਾਂ ਮੰਮੀ ਹੁੰਦੀ ਹੈ ਨਾ ਪਰ ਜਦੋਂ ਮੰਮੀ ਦੀ ਚੰਗੀ ਨਹੀਂ ਲੱਗਦੀ ਮੰਮੀ ਆ ਕੰਮ ਮਾਰਾ ਮੰਮੀ ਖਿੱਚਦੇ ਬਹੁਤ ਆ ਮੰਮੀ ਖਿੱਚਦੇ ਬਹੁਤ ਆ ਪੜਨ ਨੂੰ ਕਹਿੰਦੇ ਹੋਣੇ ਆ ਸਾਰੇ ਖਿੱਚਦੇ ਕਹਿੰਦੇ ਤੁਹਾਡੇ ਮੰਮਾ ਮੰਮਾ ਤਾਂ ਵੀ ਚੰਗੇ ਮਾੜੇ ਕੰਮ ਤੋਂ ਉਹਨਾਂ ਨੇ ਟੋਕਣਾ ਹੀ ਆ ਨਹੀਂ ਟੋਕਣਾ ਤੇ ਹੈਗਾ ਮੈਂ ਕਹਾਂ ਉਹਨਾਂ ਚੰਗੇ ਕਿਹੜੇ ਕੋਲ ਲੱਗਦੀ ਨਹੀਂ ਮੰਮਾ ਨਹੀਂ ਜਦੋਂ ਜ਼ਿਆਦਾ ਫੋਨ ਯੂਜ਼ ਕਰ ਲਓ ਤਾਂ ਮੰਮਾ ਮਨਾ ਕਰਦੇ ਆ ਕਿ ਰੱਖ ਦੋ ਫੋਨ ਸਾਰੇ ਦਿਨ ਫੋਨ 'ਚ ਵੜੇ ਰਹਿ ਮੰਮੀ ਨੇ ਪਿਆਰ ਨਾਲ ਨਹੀਂ ਕਹਿੰਦੀ ਹੁੰਦੀ ਤੂੰ ਰੱਖ ਦੋ ਫੋਨ ਨੂੰ ਬਸ ਕਰੋ ਮਰ ਜਾਏ ਤੂੰ ਫੋਨ ਰੱਖ ਦੀ ਗੱਲ ਇਦਾਂ ਹੀ ਨਹੀਂ ਮੰਮੀ ਨਹੀਂ ਇੰਨਾ ਵੀ ਨਹੀਂ ਖਿੱਚਦੇ ਉਦਾਂ ਥੋੜਾ ਬਹੁਤਾ ਗੁੱਸਾ ਤਾਂ ਚੱਲਦਾ ਹੀ ਹੈ ਮੰਮੀ ਦਾ ਝਿੜਕਾ ਪੈ ਜਾਂਦਾ ਪਾਪਾ ਨਹੀਂ ਕੁਝ ਕਹਿੰਦੇ ਹਾਂ ਅਰੇ ਪਾਪਾ ਸਾਰੇ ਚੰਗੇ ਲਾ ਦਿੰਦੇ ਨਾ ਕੁੜੀਆਂ ਦੀ ਪਾਪਾ ਜੀ ਤਾਂ ਜਾਨ ਵਸਦੀ ਐ ਐਵੇਂ ਪਾਪਾ ਨਹੀਂ ਕੁਝ ਕਹਿੰਦੇ ਪੂਰੀ ਸਪੋਰਟ ਮਿਲਦੀ ਐ ਪਾਪਾ ਦੀ ਤਾਂ ਹਾਂ ਮੰਮੀ ਐਂ ਦਾ ਗੱਲ ਕਰਿਆ ਪੜਨ ਨੂੰ ਕਹਿੰਦੀਆਂ ਕੁਝ ਧਰ ਲਓ ਮਰ ਲਓ ਕੁਝ ਕਰ ਲਓ ਹਨਾ ਤੁਹਾਨੂੰ ਮੰਮਾ ਦਾ ਕੀ ਚੰਗਾ ਲੱਗਦਾ ਮੈਨੂੰ ਤਾਂ ਸਾਰਾ ਕੁਝ ਵਧੀਆ ਲੱਗਦਾ ਨਹੀਂ ਇੱਕ ਚੀਜ਼ ਜਿਹੜੀ ਮੰਮੀ ਦੀ ਤੁਹਾਨੂੰ ਬੈਡ ਕੁਆਲਿਟੀ ਮੰਮਾ ਦੀ ਮੰਮੀ ਦੀ ਆਹ ਕੰਮ ਮਾੜਾ ਆ ਜਦੋਂ ਕੋਈ ਵੀ ਗੱਲ ਹੁੰਦੀ ਐ ਜੇ ਅਸੀਂ ਬ੍ਰਦਰ ਸਿਸਟਰ ਦੋਨੋਂ ਲੜਦੇ ਆ ਤਾਂ ਵੱਡੇ ਨੂੰ ਪਹਿਲਾਂ ਹੀ ਗਾਲਾਂ ਪੈ ਜਾਂਦੀਆਂ ਮੈਂ ਫਸ ਜਾਂਦੀ ਆ ਤੁਸੀਂ ਫਸ ਜਾਂਦੇ ਹੋ ਜਿਵੇਂ ਅਕਸਰ ਹੁੰਦਾ ਨਾ ਵੀ ਉਹ ਜਿਵੇਂ ਬੱਸ ਤੇ ਕਾਰ ਦਾ ਐਕਸੀਡੈਂਟ ਹੋਇਆ ਹੁੰਦਾ ਨਾ ਤੇ ਕਸੂਰ ਬੱਸ ਦਾ ਨਿਕਲ ਜਾਂਦਾ ਮਮਾ ਤੁਹਾਨੂੰ ਬੱਸ ਨਹੀਂ ਕਹਿ ਰਿਹਾ ਮੈਂ ਇਹ ਗੱਲ ਕਰ ਰਹੀ ਹਾਂ ਹਾਂਜੀ ਹਾਂਜੀ ਵੈਰੀ ਗੁੱਡ ਚਲੋ ਅੱਛੀ ਗੱਲ ਹੈ ਨਹੀਂ ਕੁਝ ਨਹੀਂ ਬੋਲਦੇ ਹੋ ਕੁਝ ਨਹੀਂ ਕਹਿੰਦੇ ਮੰਮੀ ਚੁੱਪ ਰਹਿੰਦੇ ਆ ਹਾਂਜੀ ਮੌਨ ਵਰਤ ਨਹੀਂ ਹਾਂ ਵੈਸੇ ਕੁਝ ਨਹੀਂ ਕਹਿੰਦੇ ਕਿ ਬਸ ਕੰਮ ਕਰ ਲਈਏ ਫਿਰ ਚੰਗੇ ਭਲੇ ਆ ਜੇ ਕੋਈ ਕੰਮ ਨਾ ਕਰੀਏ ਬਹੁਤ ਬੜਾ ਮੰਮੀਆਂ ਦਾ ਜੇ ਤਾਂ ਕੰਮ ਝਾੜੂ ਪੋਚਾ ਟਾਈਮ ਸਿਰ ਹੋਈ ਜਾਵੇ ਰੋਟੀਆਂ ਬਣ ਜਾਵੇ ਦਾਣਾ ਬਣ ਜਾਵੇ ਫੇਰ ਨਹੀਂ ਕੁਝ ਕਹਿੰਦੀਆਂ ਇਹ ਜਦੋਂ ਬੈਠ ਕੇ ਬਸ ਉੱਥੇ ਹੀ ਮੂੰਹ ਬਣ ਜੜਾ ਸਾਰਿਆਂ ਦਾ ਹਨਾ ਇਹ ਸੱਚ ਬੋਲੀ ਤੂੰ ਤਾਂ ਝੂਠ ਬੋਲਦੀ ਕਿ ਝੂਠੀ ਕੁਝ ਨਹੀਂ ਕਹਿੰਦੀ ਮੰਮੀ ਕਹਿੰਦੀ ਹੋ ਤਾਂ ਮੰਮੀ ਕੁਝ ਨਾ ਬੋਲੇ ਮੰਮੀ ਆ ਕਹਿੰਦੇ ਦੋ ਬੋਲੇ ਪਏ ਰਹਿ ਸਕਦੀਆਂ ਹੀ ਨਹੀਂ ਤੁਹਾਡੇ ਮੰਮਾ ਚ ਕੀ ਕੁਝ ਜਿਹੜੀ ਤੁਹਾਨੂੰ ਕੁਆਲਿਟੀ ਚੰਗੀ ਲੱਗਦੀ ਮੰਮਾ ਜਦੋਂ ਫੋਨ ਯੂਜ਼ ਕਰਦੇ ਆ ਮੰਮਾ ਬੋਲਦੇ ਆ ਬੇਟਾ ਫੋਨ ਨਹੀਂ ਯੂਜ਼ ਕਰਨਾ ਛੱਡਦੀ ਮੰਮੀ ਮੰਮੀ ਕੋ ਆਪਣੇ ਕੋਲ ਨਾ ਫੋਨ ਹੈਗਾ ਨਹੀਂ ਮੰਮਾ ਕੋਲ ਵੀ ਹੈਗਾ ਪਰ ਉਹ ਮੰਮਾ ਫਿਰ ਵੀ ਬੋਲਦੇ ਨਾ ਕਰਿਆ ਕਰੋ ਸੁਣ ਕੀ ਲੈਣ ਦੇਣਾ ਅਗਲੀ ਦਾ ਫੋਨ ਹੈ ਅਗਲੀ ਜੋ ਮਰਜੀ ਫੁਕਰੀ ਜਾਵੇ ਤੁਸੀਂ ਐਵੇਂ ਬੋਲੀ ਜਾਂਦੇ ਕੀ ਕਹਿੰਦਾ ਤੂੰ ਆਪੇ ਕਹਦੇ ਮੈਂ ਮੰਮੀ ਮੈਂ ਜਿੰਨ ਮਰਜੀ ਫੋਨ ਯੂਜ਼ ਕਰ ਕਈ ਮੜ ਜਾ ਮੰਮਾ ਫੋਨ ਯੂਜ਼ ਕਰਦੇ ਤੇ ਮੰਮੀ ਆ ਥੋੜੀ ਮੰਮੀ ਕੇ ਮੰਮਾ ਆਡੇ ਨਾ ਕੀ ਹੈ ਆਂਟੀ ਦਾ ਨਾਮ ਹੈ ਸੁਰਜੀਤ ਕੌਰ ਉਹ ਮੇਰੀ ਆਂਟੀ ਸੁਰਜੀਤ ਆਂਟੀ ਨੂੰ ਬੋਲੀ ਕੁਛ ਕਰਨੀ ਸੁਰਜੀਤ ਕੌਰੇ ਮੈਂ ਮੰਮੀ ਮੇਰੀ ਏ ਮੰਮੀ ਫੋਨ ਯੂਜ਼ ਕਰਦੇ ਆ ਕਰ ਆਂਟੀ ਕਿਉਂ ਰੋਕਦੇ ਫੋਨ ਤੋਂ ਰਾਤ ਕਹਿੰਦਾ ਕੋਈ ਵੀ ਰੋਕੂਗਾ ਹਾਂ ਕਦੇ ਹੋ ਗਈ ਉਹ ਜੇ ਉਹਨੇ ਉਹਦੀ ਅੱਖ ਤੋਂ ਹੋ ਗਏ ਉਹ ਜੇ ਉਹਨੇ ਉਹਦੀ ਅੱਖ ਤੋਂ ਉਹਨੇ ਰੋ ਰੋ ਕੇ ਮੈਨੂੰ ਲੱਭਣਾ ਕਦੇ ਪਾਵੀ ਨਾ ਵਿਛੋੜਾ ਰੱਬਾ ਮੇਰਿਆ ਮੇਰੀ ਮਾਂ ਦਾ ਨਹੀਂ ਜੀ ਲੱਗਣਾ ਕਦੇ ਪਾਵੀ ਨਾ ਵਿਛੋੜਾ ਮੋਲਾ ਮੇਰਿਆ ਮੇਰੀ ਮਾਂ ਦਾ ਨਹੀਂ ਜੀ ਲੱਗਣਾ ਥੈਂਕ ਯੂ ਅਤੇ ਮੰਮਾ ਦੀ ਕਿਹੜੀ ਚੰਗੀ ਅੱਜ ਚੰਗੀ ਲੱਗਦੀ ਵੀ ਮੰਮਾ ਆਹ ਕੰਮ ਖਰਾਬ ਹੈ ਮੰਮੀ ਦਾ ਮੰਮਾ ਦਾ ਹਾਂ ਬਸ ਛੁੱਟੀ ਵਾਲੇ ਦਿਨ ਛੇਤੀ ਠਾਲ ਦਿੰਦੇ ਆ ਤੇ ਕੰਮ ਕਰ ਲਾ ਜਾ ਕਰ ਲਾ ਉਹ ਕਰ ਲਾ ਬਸ ਇਹੀ ਵਧੀਆ ਨਹੀਂ ਲੱਗਦਾ ਕਿਹਾ ਮੰਮੀ ਨੂੰ ਕਿ ਮੰਮੀ ਇਦਾਂ ਨਾ ਕਰੇਗਾ ਪਲੀਜ਼ ਪਤਾ ਮੈਂ ਗੱਲ ਸਵਾਰਨੇ ਆ ਮੈਂ ਨਹੀਂ ਮੇਰੇ ਕੀ ਪੈਂਦੀ ਹਾਂ ਉਹ ਕਿ ਪੈਂਦੀ ਰਹਿੰਦੀ ਆ ਉਹ ਡੈਡੀ ਹੈਗੇ ਆ ਬਚਾਉਣ ਹਾਂ ਆਤ ਪਈ ਵੀ ਨਾਲ ਵੈਸੇ ਕਿਸ ਕਹੋ ਕਿਉਂ ਮਰ ਜਾ ਹਾਂਜੀ ਮੰਮੀ ਨੂੰ ਕਿਹਾ ਮਰ ਜਾ ਨਹੀਂ ਉਦਾਂ ਫਿਰ ਠੀਕ ਆ ਨਹੀਂ ਕਹਿ ਦੇ ਮੰਮੀ ਨੂੰ ਮੱਕ ਫਿਰ ਮੈਨੂੰ ਨਾ ਠਾਲਿਆ ਕਰੋ ਤੇ ਉੱਠ ਕੇ ਮੰਮੀ ਯਾਰ ਪਲੀਜ਼ ਨਾ ਠਾਲਿਆ ਕਰੋ ਫਿਰ ਰਾਤ ਨੂੰ ਲੇਟ ਵੀ ਸੋਣਾ ਹੁੰਦਾ ਤੇ ਛੁੱਟੀ ਤਾਂ ਹੁੰਦੀ ਹੈ ਕੰਮ ਤਾਂ ਆਪ ਹੀ ਹੋ ਜਾਣਾ ਹੁੰਦਾ 12 ਵਜੇ ਤੱਕ ਇਹਨੂੰ ਜੀ ਆਂਟੀ ਇਹ ਕਹਿੰਦੀ ਆਪਣੇ ਬੋਲੀ 'ਚ ਬੋਲਦੀ ਮੈਨੂੰ ਕਹਿੰਦੀ ਮੈਂ 12 ਵਜੇ ਤੱਕ ਸੌਂ ਕੇ ਉੱਠਣਾ ਹੁਣ 12 ਵਜੇ ਕੀ ਵਧਾਉਣੀ ਟਾਈਮ ਵਧਾਉਣਾ 10 ਤਾਂ ਵੱਜ ਗਈ 10 ਤਾਂ ਵੱਜ ਜਾਣੇ ਆ ਮੈਂ ਗੱਲਾਂ ਦੀ ਗੱਲ ਨਹੀਂ 10 ਕੇ 12 10 ਦੇ ਹੁਣ ਮੈਂ ਆਪ ਕਹਿਣ ਲੱਗਾ ਫੇ ਉੱਠਣਾ ਹੁੰਦਾ ਬ੍ਰਸ਼ ਵੀ ਕਰਨਾ ਨਹੀਂ ਠਹਿਰ ਨਾ ਟਾਈਮ ਦੱਸ ਟਾਈਮ ਕਿਹਦਾ ਲਾਉਣਾ 10 ਕੇ 12 ਕਹਿਣੇ 11:30 ਹਾਏ ਹਾਏ ਦਾ ਕੋਈ ਦਿਨ ਮਾਨ ਹੀ ਹੈ ਨਹੀਂ 10 11:30 ਕੇ 12 ਕਿੰਨਾ ਟਾਈਮ ਰੱਖਣਾ 11:30 ਆਂਟੀ 11:30 ਇਹਨੂੰ ਠਾਲਿਆ ਕਰੋ ਉਹ ਤੋਂ ਪਹਿਲਾਂ ਤਾਂ ਨਹੀਂ 10 ਵਜੇ ਠਾਲ ਲਿਆ ਇਹਦਾ ਆਪ ਪੱਕੀ ਨਹੀਂ ਸਹੀ ਗੱਲ ਆ ਤੇ ਮੈਂ ਉਹੀ ਤਾਂ ਕਹਿ ਰਹੀ ਆ 10 ਵਜੇ ਠਾਲ ਲੈਣਗੇ ਫਿਰ ਮੈਂ ਬ੍ਰਸ਼ ਵੀ ਕਰੂੰਗੀ ਫਿਰ ਥੋੜਾ ਟਾਈਮ ਦੁੱਧ ਵੀ ਪੀਣਾ ਹੁੰਦਾ ਤੇ ਉਹੀ ਤਾਂ ਕਹਿ ਰਹੀ ਆ ਉੱਠ ਕੇ ਬ੍ਰਸ਼ ਕਰੂੰਗੀ ਦੁੱਧ ਪੀਉਂਗੀ ਥੋੜਾ ਟੀਵੀ ਦੇਖੂੰਗੀ ਫੋਨ ਚਲਾਉਂਗੀ ਫੇਰ ਹੀ ਕੰਮ ਸਟਾਰਟ ਹੋਊਗਾ ਉਹ ਗੱਲ ਤਾਂ ਉੱਠਣ ਦੀ ਹੁੰਦੀ ਹੈ
ਉੱਠਣਾ ਕਿੰਨੇ ਵਜੇ ਆ ਤੇ ਉਹੀ ਤਾਂ ਦੱਸ ਰਹੀ ਆ 10 ਵਜੇ ਤੇ 11:30 ਕੀ ਸੀ ਤੇ 11:30 ਵਜੇ ਤੱਕ ਫ੍ਰੀ ਹੋ ਕੇ ਫੇਰ ਹੀ ਘਰ ਦਾ ਕੰਮ ਸ਼ੁਰੂ ਹੋ ਉੱਠਣਾ ਕਿੰਨੇ ਵਜੇ ਆ ਮੈਨੂੰ ਨਹੀਂ ਪਤਾ ਸੜਾ ਬੈਠ ਗਿਆ ਜੀ ਜਗਰਾਉਂ ਦੇ ਨਾਲ ਸਿੱਧਵਾਂ ਪੇਟ ਸਿੱਧਵਾਂ ਪੇਟ ਦੇ ਨਾਲ ਕਿਸ਼ਨਪੁਰਾ ਕਿਸ਼ਨਪੁਰੇ ਦੇ ਨਾਲ ਸੀ ਪਿੰਡ ਕਿਹੜਾ ਆ ਨਸੀਰੇ ਵਾਲਾ ਨਸੀਰੇ ਵਾਲਾ ਤੁਸੀਂ ਵਿਦਿਆ ਕੀ ਪੜ੍ਹਦੇ ਹੋ ਇੱਥੇ BBA ਬੈਚਲਰਸ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਉਹ ਜਨਾਬ ਬੰਦੇ ਕੀ ਕਰਦੇ ਤੇ ਕੀ ਕਰਨਾ BBA ਕਰਕੇ BBA ਕਰਕੇ ਮੈਂ ਆਪਣੇ ਬਿਜ਼ਨਸ ਖੋਲਣਾ ਹੈ ਕਿਸੇ ਦਾ ਗੋਲਡ ਸੋਨਾ ਵੇਚਣਾ ਹੈ ਨੇ ਸਮਗਲਿੰਗ ਵੀ ਕਰਨੀ ਸੋਨੇ ਦੀ ਨਹੀਂ ਅੱਛਾ ਸੁਣਿਆ ਰਹੀ ਹਾਂ ਸੀ ਤੁਸੀਂ ਸੁਣਿਆ ਰਹੀ ਹੋ ਹੈ ਨਾ ਹਾਂਜੀ ਵਧੀਆ ਕੰਮ ਹੋ ਸੁਣਾ ਰਹੇ ਦਾ ਯਾ